ਕਾਂਗਰਸ 'ਚ ਟਿਕਟ ਨੂੰ ਲੈ ਕੇ ਅੰਦਰੂਨੀ ਕਿਲੇ ਜਾਰੀ ਹੈ। MLA ਸੁਰਜੀਤ ਧਮਾਨ ਨੇ ਸਿੰਗਲਾ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕੈਪਟਨ ਸਾਹਿਬ ਨੇ ਖੁਦ ਆਜ਼ਾਦ ਲੜਨ ਤੋਂ ਰੋਕਿਆ ਸੀ। ਲੋਕ ਸਭਾ ਲੋਕ ਸਾਡਾ ਸਤਿਕਾਰ ਕਰਦੇ ਨੇ ਅਤੇ ਵਿਜੇਇੰਦਰ ਸਿੰਗਲਾ ਦੀ ਜ਼ਮਾਨਤ ਜ਼ਬਤ ਹੋ ਚੁੱਕੀ ਹੈ। ਅਜਿਹੀ ਪ੍ਰਤੀਕਿਰਿਆ ਧਮਾਨ ਨੇ ਦਿੱਤੀ ਹੈ। ਧਮਾਨ ਸਾਹਿਬ ਬਾਰੇ ਕੋਈ ਕਮੈਂਟ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿ ਜਦੋਂ ਮੈਂ 2014 ਦੀ ਚੋਣਾਂ ਲੜ ਰਿਹਾ ਸੀ ਅਤੇ ਉਸ ਵੇਲੇ ਵੀ ਉਹਨਾਂ ਨੇ ਅਤੇ ਉਹਨਾਂ ਦੇ ਬੇਟੇ ਨੇ ਐਲਾਨ ਕੀਤਾ ਸੀ ਕਿ ਅਸੀਂ ਆਜ਼ਾਦ ਲੜਾਂਗੇ। ਤਾਂ ਕਈ ਵਾਰ ਪਤਾ ਨਹੀਂ ਹੁੰਦਾ ਉਹ ਇੱਕ ਦਿਨ ਆਜ਼ਾਦ ਲੜਦੇ ਆ ਅਤੇ ਦੂਜੇ ਦਿਨ ਆਜ਼ਾਦ ਲੜਦੇ ਆ ਕਿ ਨਹੀਂ ਲੜਦੇ। ਜਿੱਥੇ ਪਾਰਟੀ ਦੀ ਗੱਲ ਹੈ, PCC ਪ੍ਰੈਜ਼ੀਡੈਂਟ ਇਜ਼ ਅਵੇਅਰ ਆਫ ਦੀ ਮੈਟਰ ਐਂਡ ਇਟ ਇਜ਼ ਹਿਸ ਪ੍ਰੈਰੋਗੇਟਿਵ ਟੂ ਟੇਕ ਅ ਰਾਈਟ ਡਿਸੀਜਨ ਔਨ ਦੈਟ। ਇਹ ਰਾਜਨੀਤਿਕ ਟਰੈਕ ਹੈ। ਧਮਾਨ ਕਦੇ ਵੀ, ਪਹਿਲੀ ਗੱਲ ਤਾਂ ਉਦੋਂ ਧਮਾਨ ਨੇ ਆਜ਼ਾਦ ਲੜਨ ਦਾ ਐਲਾਨ ਕੀਤਾ ਸੀ, ਮਹਾਰਾਜ ਨੇ ਕਹਿਤਾ ਕਿ ਬੇਟਾ ਨਹੀਂ ਲੜਨਾ, ਨਹੀਂ ਲੜੇ। ਅੱਜ ਧਮਾਨ ਨੇ, ਜਸਵਿੰਦਰ ਨੇ ਐਲਾਨ ਨਹੀਂ ਕਰਿਆ ਕਿ ਮੈਂ ਲੜਨਾ, ਉਹ ਇਹ ਕਹਿ ਰਿਹਾ ਕਿ ਮੈਂ ਸਮਾਜ ਦੀ ਰਾਏ ਲੈ ਰਿਹਾ, ਜਿਹੜੇ ਵਰਕਰਾਂ ਨੇ 1.5 ਸਾਲ ਤੋਂ ਲੈ ਕੇ ਕੰਮ ਕਰਿਆ ਮੈਂ ਉਹਨਾਂ ਦੀ ਰਾਏ ਲੈ ਰਿਹਾ, ਜੋ ਉਹਨਾਂ ਦੀ ਰਾਏ ਹੋਊ ਉਹਦੇ ਮੁਤਾਬਕ ਕੰਮ ਕਰਾਂਗੇ। ਅਗਰ ਜਸਵਿੰਦਰ ਧਮਾਨ ਨੇ, ਸਮਾਜ ਨੇ, ਉਹਦੇ ਸਕੇ ਸੰਬੰਧੀਆਂ ਨੇ, ਉਹਨੂੰ ਚਾਹੁਣ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਇਹ ਕਹਿਤਾ ਕਿ ਆਜ਼ਾਦ ਲੜਨੀ ਹੈ, ਤਾਂ ਮੇਰਾ ਖਿਆਲ ਤਾਂ ਨਹੀਂ ਕਹਿੰਦਾ ਕਿ ਧਮਾਨ ਪੁੱਠਾ ਮੁੜੂਗਾ ਆਜ਼ਾਦ ਲੜਨ ਤੋਂ। ਇਹ ਨਹੀਂ, ਮੈਂ ਸੁਣਿਆ, ਪੜ੍ਹਿਆ ਮੈਂ ਵੀ ਇਹ ਤਾਂ ਉਹ ਕੀ ਕਹਿੰਦੇ ਹੁੰਦੇ ਨੇ ਵੀ ਇਸ ਕੋਈ ਲਫ਼ਜ਼ ਵਰਤਿਆ ਸੀ ਕਿ ਇਹ ਤਾਂ 2 ਦਿਨਾਂ ਨੂੰ ਬਹਿ ਜਾਣਗੇ, ਉਹ ਗੱਲ ਨਹੀਂ ਹੈ। ਦੇਖੋ, ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਧਮਾਨ ਪਰਿਵਾਰ ਹੋਊਗਾ, ਧਮਾਨ ਉਹ ਹੈ ਜਿਹੜਾ ਕਹਿਣੀ ਅਤੇ ਕਰਨੀ ਦਾ ਪੂਰਾ ਹੈ, ਠੀਕ ਹੈ। ਜੇ ਵਿਜੇ ਸਿੰਗਲੇ ਨੂੰ ਉਦੋਂ ਚਣੇ ਚਵਾਏ ਤੇ ਤਾਂ ਧਮਾਨ ਨਹੀਂ ਚਵਾਏ ਤੇ, ਲੋਕ ਤਾਂ ਪਿੱਠ ਸੁਰਾ ਮਾਰਦੇ ਨਾ, ਅਸੀਂ ਤਾਂ ਹਿੱਕ 'ਚ ਮਾਰਿਆ ਸੀ ਕਹਿ ਕੇ। ਜਵਾਨਤ ਜ਼ਬਤ ਕਰਾਈ ਤੀ ਹਿੰਦੁਸਤਾਨ 'ਚ, ਕਿਸੇ ਲੀਡਰ ਦੀ ਜਵਾਨ ਜ਼ਬਤ ਨਹੀਂ, ਉਹਦੀ ਜਵਾਨਤ ਜ਼ਬਤ ਕਿਉਂ ਹੋਈ? ਉਹਦੇ ਕਰਮਾਂ ਦੇ ਤਹਿਤ, ਜੋ ਉਹਦੀ ਬੋਲੀ ਦੇ ਤਹਿਤ। ਇਸ ਕਰਕੇ ਕਦੇ ਵੀ ਅਸੀਂ ਇਹੋ ਜਿਹਾ ਕਦਮ ਨਹੀਂ ਚੱਕਦੇ। ਅਜੇ ਤਾਂ ਮੇਰੀ ਰਹਿ ਵੀ ਕਿਉਂ ਸਾਡੀ ਪਾਰਟੀ।